ਸਤਿ ਸ਼੍ਰੀ ਅਕਾਲ, ਬਰਾਊਜ਼ਲੀ ਟੀ ਵੀ ਦੇਖ ਰਹੇ ਹੋ ਤੁਸੀਂ। ਮੈਂ ਕਰਨ ਹਾਂਡਾ ਹਰਿਆਣਾ ਦੇ ਪਿੰਡਾਂ ਦੇ ਵਿੱਚ ਮੌਜੂਦ ਹਾਂ, ਜਿੱਥੇ ਇਸ ਵੇਲੇ ਬਾਰਡਰ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਨਜ਼ਰ ਆ ਰਹੀ ਹੈ। ਪੰਜਾਬ ਹਰਿਆਣਾ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ, ਤਸਵੀਰ ਵੀ ਤੁਹਾਨੂੰ ਦਿਖਾਵਾਂਗੇ। ਇੱਥੇ ਮਾਹੌਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੇਲੇ ਜਿਸ ਪਿੰਡ ਦੇ ਵਿੱਚ ਹਾਂ ਉੱਥੋਂ ਦਾ ਗੁਰੂ ਘਰ ਇੱਥੇ ਸਾਡੇ ਨੇੜੇ ਹੀ ਹੈ ਜਿੱਥੇ ਅਸੀਂ ਮੌਜੂਦ ਹਾਂ, ਅਤੇ ਉਹ ਗੁਰੂ ਘਰ ਦੇ ਵਿੱਚ ਇੱਕ ਪਾਸੇ ਅਰਦਾਸਾਂ ਹੋ ਰਹੀਆਂ ਨੇ ਅਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਸੱਤ ਲੇਅਰਾਂ ਦੇ ਵਿੱਚ, ਸੱਤ ਪਰਤਾਂ ਦੇ ਵਿੱਚ ਜਿਹੜਾ ਕੀ ਹੈ ਬੈਰੀਕੇਡਿੰਗ ਕਰ ਦਿੱਤੀ ਹੈ। ਪੰਜਾਬ ਹਰਿਆਣਾ ਬਾਰਡਰ ਦਿੱਲੀ ਨੂੰ ਜਾਂਦਾ ਹਾਈਵੇ ਪੂਰੀ ਤਰ੍ਹਾਂ ਸੀਲ ਕੀਤਾ ਗਿਆ, ਕਿਉਂਕਿ ਕਿਸਾਨਾਂ ਨੇ 13 ਤਰੀਕ ਦੀ ਕਾਲ ਦਿੱਤੀ ਸੀ ਕਿ ਮੁੜ ਤੋਂ ਦਿੱਲੀ ਵੱਲ ਕੂਚ ਕੀਤਾ ਜਾਏਗਾ, ਕਿਸਾਨ ਅੰਦੋਲਨ ਦਾ ਦੂਜਾ ਭਾਗ ਸ਼ੁਰੂ ਹੋ ਸਕਦਾ 13 ਤਰੀਕ ਨੂੰ। ਲਗਾਤਾਰ ਪੇਚ ਫਸਿਆ ਹੋਇਆ, ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ MSP ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰੀ ਨਹੀਂ ਹੋਈ, ਕਿਸਾਨਾਂ ਦੀਆਂ ਕਈ ਮੰਗਾਂ ਬਾਕੀ ਨੇ ਅਤੇ ਧੋਖੇ ਦਾ ਦੋਸ਼ ਲਾਇਆ ਜਾ ਰਿਹਾ ਕਿਸਾਨਾਂ ਵੱਲੋਂ। ਉੱਧਰ ਹੀ ਮੀਟਿੰਗਾਂ ਦਾ ਦੌਰ ਵੀ ਫਿਰ ਤੋਂ ਸ਼ੁਰੂ ਹੋ ਚੁੱਕਿਆ, 3 ਮੰਤਰੀ ਕੇਂਦਰ ਤੋਂ ਕੱਲ੍ਹ ਨੂੰ ਚੰਡੀਗੜ੍ਹ ਆਉਣਗੇ, ਬੈਠਕ ਹੋਏਗੀ ਕਿਸਾਨਾਂ ਦੇ ਨਾਲ, ਇੱਕ ਬੈਠਕ ਪਹਿਲਾਂ ਵੀ ਹੋ ਚੁੱਕੀ ਹੈ, ਬੈਠਕਾਂ ਦਾ ਦੌਰ ਚੱਲਿਆ ਪਹਿਲਾਂ ਵੀ, ਪਰ ਬੇਨਤੀਜਾ ਰਹੀਆਂ ਨੇ ਜਿਨ੍ਹਾਂ ਬੈਠਕਾਂ ਦੇ ਵਿੱਚ CM ਮਾਨਵੀ ਵਿੱਚ ਬੈਠਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ, ਕਿ ਕਿਸੇ ਤਰੀਕੇ ਕਿਸੇ ਹੱਲ 'ਤੇ ਪਹੁੰਚਿਆ ਜਾਵੇ। ਪਰ ਇੱਕ ਪਾਸੇ 2024 ਦੀਆਂ ਤਿਆਰੀਆਂ ਨੇ ਤਾਂ ਜ਼ਾਹਰ ਤੌਰ 'ਤੇ ਭਾਰਤ ਸਰਕਾਰ ਦੀਆਂ ਵੀ ਇਹੀ ਕੋਸ਼ਿਸ਼ਾਂ ਹੋਣਗੀਆਂ ਕਿ ਹੁਣ ਕੋਈ ਅੰਦੋਲਨ ਦਾ ਮਾਹੌਲ ਨਾ ਬਣਨ ਦਿੱਤਾ ਜਾਵੇ। ਤਸਵੀਰ ਤੁਸੀਂ ਦੇਖੋ, ਬੈਰੀਕੇਡਿੰਗ ਪਿਛਲੀ ਵਾਰ ਵੀ ਹੋਈ ਸੀ, ਕਿਸਾਨਾਂ ਨੇ ਟਰੈਕਟਰਾਂ ਦੇ ਨਾਲ ਪੱਥਰ ਦੇ ਬੈਰੀਕੇਡ ਜਿਹੜਾ ਕੀ ਹੈ ਰੋੜ ਸਿੱਟੇ ਸੀ, ਕੋਈ ਜ਼ਮੀਨਾਂ ਪੈਲੀਆਂ ਦੇ ਵਿੱਚੋਂ ਟਰੈਕਟਰ ਕੱਢ ਕੇ ਲੈ ਗਏ ਸੀ, ਪਰ ਹੁਣ ਪੱਥਰ ਦੀਆਂ ਲੇਅਰਾਂ ਤੁਸੀਂ ਦੇਖੋ ਕਿ ਇੱਕ ਪਰਤ ਨਹੀਂ ਹੈ, 7 ਪਰਤਾਂ ਜੋੜ ਕੇ ਇਹ ਬੈਰੀਕੇਡਿੰਗ ਕੀਤੀ ਗਈ ਹੈ। ਉਸ ਤੋਂ ਬਾਅਦ ਘੱਗਰ ਦੇ ਵਿੱਚ, ਜਿੱਥੇ ਕਿ ਪਾਣੀ ਇਸ ਵੇਲੇ ਘੱਗਰ ਦੇ ਵਿੱਚ ਥੋੜ੍ਹਾ ਘੱਟ ਸੀ, ਤਾਂ ਘੱਗਰ ਦੇ ਵਿੱਚ ਵੀ JCB ਦੇ ਨਾਲ ਟੋਏ ਪੁੱਟ ਦਿੱਤੇ ਗਏ ਨੇ, ਖੱਡੇ ਡੂੰਘੇ ਡੂੰਘੇ ਪੁੱਟ ਦਿੱਤੇ ਗਏ ਨੇ ਕਿ ਇਸ ਪਾਸੋਂ ਵੀ ਕਿਸਾਨ ਕਿਸੇ ਤਰੀਕੇ ਕੂਚ ਨਾ ਕਰ ਸਕਣ ਦਿੱਲੀ ਵੱਲ ਨੂੰ। ਤਾਂ ਦੇਖਣਾ ਹੋਵੇਗਾ ਕਿ ਕੀ ਨਤੀਜਾ ਇਸ ਦਾ ਨਿਕਲ ਕੇ ਆਉਂਦਾ, ਕਿ ਇੱਕ ਵਾਰ ਮੁੜ ਤੋਂ ਉਹੀ ਤਸਵੀਰਾਂ ਸਾਹਮਣੇ ਆਉਣਗੀਆਂ, ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਐਲਾਨ ਕੀਤਾ ਜਾ ਰਿਹਾ ਕਿ ਕੋਈ ਢਿੱਲ ਨਹੀਂ ਹੋਏਗੀ, ਦਿੱਲੀ ਵੱਲ ਕੂਚ ਕੀਤਾ ਜਾਏਗਾ। ਸਭ ਦੇ ਵਿਚਾਲੇ ਹਰਿਆਣਾ ਦੇ 11 ਪਿੰਡਾਂ ਦੇ ਵਿੱਚ ਧਾਰਾ 144 ਵੀ ਲਾ ਦਿੱਤੀ ਗਈ ਹੈ, ਇੱਥੋਂ ਤੱਕ ਕਿ ਫੋਨ ਇੰਟਰਨੈੱਟ ਸਰਵਿਸਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ, ਸਿਰਫ ਮੋਬਾਈਲ ਬੈਂਕਿੰਗ ਅਤੇ ਹੋਰ ਜਿਹੜੇ ਰੀਚਾਰਜ ਦੀ ਸਰਵਿਸ ਆ ਉਹ ਚੱਲਦੀ ਰਹੇਗੀ। ਅਤੇ ਇਹ ਸਭ ਕੁਝ ਅੱਜ ਤੋਂ ਹੀ ਸ਼ੁਰੂ ਹੋ ਚੁੱਕਿਆ, ਅੱਜ ਤੜਕੇ ਯਾਨੀ ਕਿ ਐਤਵਾਰ ਸਵੇਰੇ 6 ਵਜੇ ਤੋਂ ਹੀ ਇਹ ਫੈਸਲਾ ਜਿਹੜਾ ਕੀ ਹੈ ADGP CID ਹਰਿਆਣਾ ਵੱਲੋਂ ਦਿੱਤਾ ਗਿਆ ਸੀ ਉਹ ਲਾਗੂ ਕਰ ਦਿੱਤਾ ਗਿਆ। ਅੱਜ ਸਵੇਰ ਤੋਂ ਹੀ 11 ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ, ਠੱਪ ਕਰ ਦਿੱਤਾ ਗਿਆ, ਅਤੇ ਇਹ 13 ਤਰੀਕ ਦੁਪਹਿਰ 12:30 ਵਜੇ ਤੱਕ ਇਹ ਲਾਗੂ ਰਹੇਗਾ। ਤਾਂ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਕਿਸਾਨ ਕੀ ਕਾਲ ਦਿੰਦੇ ਨੇ। 11 ਜ਼ਿਲ੍ਹੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੇ ਕਿਹੜੇ ਜਿੱਥੇ ਨੈੱਟ ਬਿਲਕੁਲ ਬੰਦ ਕੀਤਾ ਗਿਆ। ਧਾਰਾ 144 ਲਾਈ ਗਈ ਹੈ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਸਣੇ ਜਿਹੜਾ ਕੀ ਹੈ ਕੁੱਲ 11 ਜ਼ਿਲ੍ਹੇ ਹਰਿਆਣਾ ਦੇ ਇਸ ਵੇਲੇ ਬੈਰੀਕੇਡ ਕਰ ਦਿੱਤੇ ਗਏ ਨੇ, ਭਾਵੇਂ ਸ਼ੰਭੂ ਬਾਰਡਰ ਹੋਵੇ, ਭਾਵੇਂ ਪੰਜਾਬ ਨਾਲ ਲੱਗਦਾ ਹਰਿਆਣਾ ਦਾ ਕੋਈ ਹੋਰ ਰਾਹ ਹੋਵੇ ਉਹ ਬਿਲਕੁਲ ਬੈਰੀਕੇਡਿੰਗ ਕਰਕੇ ਠੱਪ ਕਰ ਦਿੱਤਾ ਗਿਆ। ਤਾਂ ਹਰ ਅਪਡੇਟ ਇਸ ਮਸਲੇ ਉੱਤੇ ਲੈ ਕੇ ਤੁਹਾਨੂੰ ਦਿੰਦੇ ਰਹਾਂਗੇ, ਪਰ ਇਸ ਵੇਲੇ ਸਭ ਤੋਂ ਵੱਡੀ ਜਾਣਕਾਰੀ ਜੋ ਦਿੱਤੀ ਹੈ ਕਿ ਹਰਿਆਣਾ ਦੇ 11 ਜ਼ਿਲ੍ਹਿਆਂ ਦੇ ਵਿੱਚ ਧਾਰਾ 144 ਲਾਗੂ, ਇੰਟਰਨੈੱਟ ਸਰਵਿਸ ਬੰਦ, 7 ਪਰਤਾਂ ਦੇ ਵਿੱਚ ਜਿਹੜਾ ਕੀ ਹੈ ਦਿੱਲੀ ਹਾਈਵੇ ਉੱਤੇ ਪੱਥਰਾਂ ਦੀ ਬੈਰੀਕੇਡਿੰਗ, ਘੱਗਰ ਦੇ ਵਿੱਚ JCB ਦੇ ਨਾਲ ਜਿਹੜਾ ਕੀ ਹੈ ਟੋਏ ਪੁੱਟ ਦਿੱਤੇ ਗਏ ਨੇ।